ਮੈਂ ਆ ਫੇਫੜਿਆਂ ਦਾ ਇਨਫੈਕਸ਼ਨ ਆ, ਉਹ ਵੀ ਐਕਸਰੇ ਉਕਸਰੇ ਕਰਾਉਣ ਆਇਆ ਸੀ, ਪਰ ਮੈਂ ਇਹ ਕਹਿੰਦਾ ਹੜਤਾਲ ਹੁੰਦੀ ਆ 10-20 ਮਿੰਟ ਅੱਧੇ ਘੰਟੇ ਦੀ। ਆ ਜਿਹੜਾ ਹਜ਼ਾਰਾਂ ਬੰਦਾ ਬਿਮਾਰ ਇੱਥੇ ਸਾਰੇ ਬੈਠੇ ਨੇ, ਇਹਨਾਂ ਨੂੰ ਕੌਣ ਸਾਂਭੂ? ਇਹਦੇ ਅੰਦਰ ਏਸੀ ਛੱਡ ਕੇ ਬੈਠੇ ਨੇ ਅੰਦਰ, ਹੜਤਾਲ ਬਾਹਰ ਬੈਠਣਾ ਆ ਗਏ ਜੇ ਇੱਥੇ ਹੜਤਾਲ ਆ ਜਾਂ ਸੀਟਾਂ ਛੱਡ ਦੇਣ ਆਪਣੀਆਂ ਸਿਰੇ, ਇਹ ਲੋਕਾਂ ਨੂੰ ਨਾ ਖਰਾਬ ਕਰਨ। ਮੈਂ ਗੱਲ ਐਮਰਜੈਂਸੀ ਵੀ ਜਾ ਕੇ ਆਇਆ, ਮੈਂ ਕਿਹਾ ਜਿਹੜੇ ਐਮਰਜੈਂਸੀ ਬੰਦੇ ਨੇ ਉਹਨਾਂ ਦਾ ਦੇਖ ਲਓ, ਉਹ ਕਹਿੰਦੇ ਏਦਾਂ ਉਹੀ ਦੇਖਣਾ ਜਿਹੜਾ ਮਰਨ ਆ ਗਿਆ ਇੱਥੇ। ਚੈੱਕ ਨਹੀਂ ਕਰਨਾ ਕੋਈ ਵੀ, ਕਹਿੰਦੇ ਕੋਈ ਐਕਸੀਡੈਂਟ ਵਾਲਾ ਕੋਈ ਆ ਗਿਆ ਬਸ ਉਹੀ ਦੇਖਣਾ, ਬਾਕੀ ਚਾਹੇ ਜੋ ਮਰਜ਼ੀ ਹੋਵੇ, ਸਾਡੀ ਹੜਤਾਲ ਅਸੀਂ ਨਹੀਂ ਹੈ। ਹੜਤਾਲ 10-20 ਮਿੰਟ ਦੀ ਹੁੰਦੀ ਹੈ, ਘੰਟੇ ਦੀ ਹੁੰਦੀ ਹੈ, ਅੱਧੇ ਘੰਟੇ ਦੀ ਹੈ, ਥੋੜ੍ਹਾ ਵੀ ਇਹ ਤਾਂ ਹਸਪਤਾਲ ਇਹ ਤਾਂ 24 ਘੰਟੇ ਖੁੱਲ੍ਹਾ ਚਾਹੀਦਾ। ਹਾਂਜੀ, ਕਹਿੰਦੇ ਆ ਕਿ ਹੜਤਾਲ ਹੈ, ਅਸੀਂ ਇਹਨਾਂ ਦੀਆਂ ਅੱਖਾਂ ਚੈੱਕ ਕਰਾਉਣੀਆਂ ਸੀਗੀਆਂ। ਬੇਟੇ ਦੇ ਲੱਤ 'ਚ ਪ੍ਰੋਬਲਮ ਹੈ ਅਤੇ ਉਹ ਅੱਜ ਉਹਦਾ ਮਤਲਬ ਟੈਸਟ ਕਰਵਾ ਲਏ ਸੀਗੇ ਇੱਥੇ, ਅਤੇ ਉਹ ਦਿਖਾਉਣੇ ਸੀਗੇ ਅੰਦਰ ਡਾਕਟਰ ਨੂੰ, ਅਤੇ ਉਹ ਹੁਣ ਕਹਿੰਦੇ ਹੜਤਾਲ ਹੈ ਜੀ, ਇਸ ਲਈ ਹੁਣ ਵਾਪਸ ਜਾ ਰਹੇ ਹਾਂ। ਜਸਵੀਰ ਸਿੰਘ ਨਾਂ ਦੁਗਲੀ ਤੋਂ ਆਇਆ, ਮੈਨੂੰ ਕੁੱਤੇ ਨੇ ਟੀਕਾ ਲਵਾਉਣਾ ਸੀਗਾ, 3 ਟੀਕੇ ਲੱਗ ਗਏ ਆ, ਟੀਕਾ ਲਵਾਉਣਾ ਹੋਰ, ਛੁੱਟੀ ਕਰਕੇ ਮੈਂ ਇੱਥੇ ਆਇਆ, 500-600 ਰੁਪਏ ਦਿਹਾੜੀ ਬਣ ਕੇ ਆਇਆ, ਦੱਸੋ ਹੁਣ ਕਿੱਥੇ ਜਾਈਏ ਅਸੀਂ? ਪਹਿਲਾਂ ਉਹਨਾਂ ਨੂੰ ਕੰਪਲੇਂਟ ਨਹੀਂ ਕੀਤੀ, ਦੱਸਿਆ ਨਹੀਂ, ਸ਼ਨੀਵਾਰ ਨੂੰ ਦੱਸ ਦਿੰਦੇ, ਕੱਲ੍ਹ ਪਰਸੋਂ ਦੱਸ ਦਿੰਦੇ, ਪਰਸੋਂ ਟੀਕਾ ਲਵਾ ਗਿਆ ਮੈਂ, ਹੈਂ ਕਿੰਨੀ ਪਰੇਸ਼ਾਨੀ 'ਚ ਆਉਣਾ ਪੈਂਦਾ ਹੈਗਾ ਇੱਥੇ। ਕੰਪਲੇਂਟ ਕਿਹਨੂੰ ਕਰੀਏ, ਕਿਹਨੂੰ ਨਾ ਕਰੀਏ? ਸੁਣਵਾਈ ਹੈਗੀ ਇੱਥੇ ਕਿਸੇ ਦੀ? ਕਿਹਦੀ ਸੁਣਵਾਈ ਹੈਗੀ ਪਹਿਲੇ ਦੱਸੋ, ਮੈਂ ਕਿੱਥੇ ਕੰਪਲੇਂਟ ਕਰਾਂ? ਜਿਹੜਾ ਦੇਖਦਾ ਬੰਦਾ ਚੋਰ ਬਜ਼ਾਰੀ ਕਰਦਾ ਇੱਥੇ। ਹਾਂਜੀ ਹਾਂਜੀ, ਦੇਖੋ ਜੀ, ਜੋ ਕੈਲਕਟਾ ਮੈਂ ਆਪਕੋ ਪਤਾ ਹੀ ਹੈ, ਵੈਸਟ ਬੰਗਾਲ ਮੈਂ ਬੜਾ ਇੱਕ ਮੰਦਭਾਗੀ ਘਟਨਾ ਹੋਈ ਵਹਾਂ ਪੇ, ਐਂਡ ਉਹਦੇ ਰਿਸਪੋਂਸ ਦੇ ਵਿੱਚ ਜੋ ਵਿਕਟਿਮ ਹੈਗਾ ਉਹਦੇ ਲਈ ਜਸਟਿਸ ਦੀ ਡਿਮਾਂਡ ਕਰਨ ਲਈ, ਇੱਕ ਸਟਰੋਂਗ ਸੈਂਟਰਲ ਪ੍ਰੋਟੈਕਸ਼ਨ ਲਾਅ ਡਿਮਾਂਡ ਕਰਨ ਲਈ, ਪਲੱਸ ਜੋ ਸਟੇਟ ਗਵਰਨਮੈਂਟ ਦੀ ਡਿਊਟੀਆਂ ਨੇ ਕਿ ਜਿੰਨੇ ਵੀ ਹੈਲਥ ਕੇਅਰ ਵਰਕਰਸ ਨੇ ਉਹਨਾਂ ਨੂੰ ਸੇਫਟੀ ਐਂਡ ਸਿਕਿਉਰਿਟੀ ਉਹਦੀ ਇਨਸ਼ੋਰ ਕਰਨ ਲਈ ਅਸੀਂ ਇਹ ਇੱਕ ਅੱਜ ਸਟ੍ਰਾਈਕ ਰੱਖੀ। ਪੂਰੇ ਸਟੇਟ ਦੇ ਵਿੱਚ ਓਪੀਡੀਜ਼ ਬੰਦ ਨੇ, ਆਲਦੋ ਐਮਰਜੈਂਸੀ ਸਰਵਿਸਿਜ਼, ਮੈਡੀਕਲ ਲੀਗਲ ਸਰਵਿਸਿਜ਼ ਜਾਰੀ ਰਹਿਣਗੀਆਂ, ਅਤੇ ਇਹ ਇੱਕ ਵਨ ਡੇ ਫਿਲਹਾਲ ਇੱਕ ਦਿਨ ਦੀ ਸਟ੍ਰਾਈਕ ਹੈ। ਅਸੀਂ ਬੇਸਿਕਲੀ ਮੁਹੱਲਾ ਕਲੀਨਿਕਸ ਵੀ ਬੰਦ ਨੇ, ਉਹਨਾਂ ਦੇ ਜੋ ਸਟੇਟ ਪ੍ਰੈਜੀਡੈਂਟ ਨੇ ਉਹਨਾਂ ਨੇ ਸਾਨੂੰ ਕੱਲ੍ਹ ਇੰਟੀਮੇਟ ਕਰਤਾ ਕਿ ਅਸੀਂ ਤੁਹਾਨੂੰ ਜੁਆਇਨ ਕਰਾਂਗੇ ਸਟ੍ਰਾਈਕ ਦੇ ਵਿੱਚ, ਤੋ ਆਮ ਆਦਮੀ ਕਲੀਨਿਕਸ ਵੀ ਬੰਦ ਰਹਿਣਗੇ ਅੱਜ। ਅਸੀਂ ਤੋ ਪਰਸੋਂ ਦਾ ਅਨਾਊਂਸ ਕੀਤਾ ਹੋਇਆ ਜੀ, 2 ਦਿਨ ਹੋ ਗਏ, ਮੈਂ ਪ੍ਰੈਸ ਨੋਟ ਵੀ ਪ੍ਰੈਸ ਰਿਲੀਜ਼ ਦਿੱਤਾ ਹੋਇਆ ਜੀ ਅਸੀਂ 2 ਦਿਨ ਦਾ। ਨਹੀਂ ਬਿਲਕੁਲ, ਸਾਡੇ ਪ੍ਰਬੰਧ ਨੇ, ਅਸੀਂ ਕੋਈ ਐਮਰਜੈਂਸੀ ਸਰਵਿਸ ਨੇ ਜਾਂ ਕੋਈ ਬਲੱਡ ਟ੍ਰਾਂਸਫਿਊਜ਼ਨ ਇਸ ਤਰ੍ਹਾਂ ਦੀ ਜਾਂ ਸਾਡੇ ਜੱਚਾ ਬੱਚਾ ਹਸਪਤਾਲ ਨੇ, ਮੈਡੀਕਲ ਲੀਗਲ ਨੇ ਜਾਂ ਪੋਸਟਮਾਰਟਮ ਨੇ, ਉਹ ਸਾਰੇ ਚੱਲਣਗੇ। ਐਸੋਸੀਏਸ਼ਨ, ਪੰਜਾਬ ਸਿਵਲ ਮੈਡੀਕਲ ਐਸੋਸੀਏਸ਼ਨ ਦੀ ਇੱਕ ਕਾਲ ਹੈਗੀ ਕਿ ਜਿਹੜਾ ਕਲਕੱਤੇ ਬੱਚੀ ਨਾਲ ਜੋ ਮੰਦਭਾਗੀ ਘਟਨਾ ਹੋਈ ਹੈ ਉਹਦੇ ਨਾਲ ਇੱਕ ਸੋਲੀਡੈਰਿਟੀ ਦੇ ਤੌਰ 'ਤੇ, ਅਤੇ ਸੈਂਟਰਲ ਲੈਵਲ 'ਤੇ ਕੋਈ ਇਸ ਤਰ੍ਹਾਂ ਦਾ ਜਿਹੜਾ ਕੋਈ ਕਾਨੂੰਨ ਪਾਸ ਕੀਤਾ ਜਾਵੇ ਤਾਂ ਕਿ ਡਾਕਟਰਾਂ ਦੀ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾ ਸਕੇ। ਬਿਲਕੁਲ, ਸਿਰਫ ਓਪੀਡੀ ਸਰਵਿਸ ਨੇ, ਇਹ ਸਿੰਬੋਲਿਕ ਇੱਕ ਸਟ੍ਰਾਈਕ ਹੈ, ਕੋਈ ਐਮਰਜੈਂਸੀ ਸਰਵਿਸ ਨਹੀਂ ਬੰਦ ਹੋਣਗੀਆਂ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਐਮਰਜੈਂਸੀ ਲੈਟ ਮੀ ਨੋ। ਸਿਰਫ ਅੱਜ ਦਾ ਹੋ ਸਕਦਾ ਮਰੀਜ਼ ਜਿਹੜਾ ਓਪੀਡੀ ਵਾਲਾ ਉਹ ਐਮਰਜੈਂਸੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਵੇ ਓਪੀਡੀ, ਅਦਰਵਾਈਜ਼ ਜੇ ਕਿਸੇ ਨੂੰ ਐਮਰਜੈਂਸੀ ਹੈ ਉਹ ਬੰਦ ਨਹੀਂ ਹੋਏਗੀ ਸਾਡੇ।
ਬਿਲਕੁਲ ਕਰਾਂਗੇ ਜੀ, ਇਹ ਤਾਂ ਹੋ ਹੀ ਨਹੀਂ ਸਕਦਾ, ਪਹਿਲੀ ਗੱਲ ਤਾਂ ਹੋ ਹੀ ਨਹੀਂ ਸਕਦਾ। ਮੈਂ ਖੁਦ ਡਾਕਟਰ ਹਾਂ, ਮੈਂ ਇੱਕ ਡਾਕਟਰ ਦੇ ਨਾਤੇ ਕਹਿ ਰਿਹਾ, ਨੋਟ ਐਸ ਹੋ ਸਕਦੇ, ਮੇਰੇ ਡਾਕਟਰ ਇੰਨੇ ਇਨਸੈਂਸਿਟਿਵ ਨਹੀਂ ਹੈਗੇ ਜਿਹੜੇ ਨੂੰ ਐਮਰਜੈਂਸੀ ਵੀ ਐਮਰਜੈਂਸੀ ਨਹੀਂ ਦਿੱਤੀ ਹੈ।